ਬਿਜਲੀ ਵਾਲਾ ਪੋਸਟ ਵਧਾ ਦੀ ਹੁਣ ਹਾਂ ਬ੍ਰਿਗੇਡੀਅਰ ਬਣਾ ਦੀ ਹੈ ਹਾਂ ਨਿੰਮਾ ਬਾਈ ਇੱਧਰ ਨਿੰਮੇ ਦਾ ਵੱਡਾ ਬਾਈ ਆਪਣਾ ਦੇ ਬਾਈ ਬੰਦੇ ਦੀ ਤਾਰੀਫ ਹੈ ਬੰਦੇ ਤਾਰੀਫ ਹੈ ਤੇ ਅੱਧੇ ਟੈਲੀਫੋਨ ਜਦੋਂ ਵੀ ਕੋਈ ਬਿਜਲੀ ਕੋਈ ਪ੍ਰੋਬਲਮ ਪੈ ਜਾਂਦੀ ਹੈ ਕੋਈ ਮੋਟਰ ਕੁੰਡੀ ਲਾਉਂਦਾ ਜਦੋਂ ਫੜਨ ਆ ਜਾਂਦਾ ਹੈ ਤੈਨੂੰ ਡਰ ਨੀ ਲੱਗਦਾ ਬਿਜਲੀ ਤੇ ਬਿਜਲੀ ਦਾ ਕੰਮ ਯਾਰ ਚੱਲਦਾ ਕਈ ਵਾਰ ਮੈਂ ਸ਼ੁਕਰ ਲਾਉਂਦਾ ਪਤਾ ਨੀ ਲੱਗਦਾ ਕੌਣ ਟੈਲੀਫੋਨ ਕਰਦਾ ਕਿਤੇ ਲਾਈਟ ਭੱਜ ਜਾਣੀ ਫੋਨ ਲਾਓ ਬਾਈ ਲਾਈਟ ਤਾਂ ਛੱਡ ਦੋ ਤੁਹਾਡੀ ਲਾਈਟ ਤਾਰਾਂ ਖਰਾਬ ਆ ਫਿਰ ਬਾਅਦ ਚ ਗਾਲਾ ਗੁਲਾ ਉਧਰ ਦੇ ਗਾਲਾ ਉਧਰ ਦੇ ਗਾਲਾ ਚੱਲ ਪੈਣੀ ਫਿਰ ਮੈਂ ਕਹਿੰਦਾ ਮੈਂ ਬੋਲਦਾ ਜਾਂ ਫੋਨ 100-150 ਆਉਂਦਾ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਹੈਗਾ ਉਹ ਦਿਮਾਗ ਮੈਂ ਰਹਿੰਦਾ ਹਾਦਮ ਬਾਬੇ ਵਾਂਗੂ ਕਹਿੰਦੇ ਵਿੱਚ ਫੋਨ ਅੱਛਾ ਹਾਂ ਉਹਦਾ ਚਾਚਾ ਆ ਗਿਆ ਕੀ ਹਾਲ ਚ ਆ ਜਾਓ ਜੀ ਆ ਜਾਓ ਕਰਾ ਲਿਓ ਹੁਣ ਠੀਕ ਉਹ ਚਾਚੇ ਨੂੰ ਦੇਖ ਕੇ ਬਾਈ ਇਹ ਕਲਵੀਰ ਔਰ ਬਣਾਇਆ ਕਾਲੇ ਦਾ ਡੱਬਾ ਬਾਪੂ ਨਹੀਂ ਹੈਗਾ ਇਹ ਕਹਿੰਦੇ ਉਹ ਹੈ ਚਾਚੇ ਵੀਡੀਓ ਦੇਖ ਲਈ ਕਹਿੰਦੇ ਆਪਣੇ ਕਾਲੇ ਦਾ ਬਾਪੂ ਕਿੰਨਾ ਮਾੜਾ ਹੋ ਗਿਆ ਇਹ ਕਾਲੇ ਦਾ ਚਾਚਾ ਬਾਪੂ ਨਹੀਂ ਹੈਗਾ ਬਾਪੂ ਠੀਕ ਹੈ ਨਾ ਬਾਪੂ ਕਾਇਮ ਹੈ ਮਲਾਵੂ ਹੁਣ ਬਾਪੂ ਦੇਖਦਾ ਸ਼ਾਮ ਤੱਕ ਬਾਪੂ ਜ਼ਰੂਰ ਲਿਆਉਂਗਾ ਵੀਡੀਓ ਐਂਡ ਤੱਕ ਦੇਖ ਕੇ ਉਹ ਸ਼ਕਲ ਮਿਲਦੀ ਚਾਹ ਭਰਾ ਭਰਾ ਉਸ ਵਿੱਚ ਤਾਂ ਕਰਕੇ ਉਹ ਕਹਿੰਦਾ ਇੰਨਾ ਮਾੜਾ ਹੋ ਗਿਆ ਕਿਆ ਹੋ ਗਿਆ ਸ਼ਕਲ ਮਿਲਦੀ ਜੁਲਦੀ ਹਾਂ 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 ਮੁੰਡੇ ਦੋਸਤ ਠੀਕ ਆ ਭੈਣ ਸਪਰੇ ਕਰਨ ਲੱਗੇ ਸਪਰੇ ਕਰਨ ਲੱਗੇ ਹੋਏ ਆ ਜਿੱਦੀ ਸਾਡੇ ਪਾਰ ਫਾਲਟ ਪਿਆ ਹੋਇਆ ਕਿੱਧਰ ਅੱਜ ਬੜੇ ਚੌਂਕ ਤੇ ਬ੍ਰਾਂਚ ਅੱਛਾ ਹੁਣ ਜਾ ਕੇ ਮੈਂ ਲਾਉਂਗਾ ਤਾਰਾ ਤੁਨਾ ਖੋਲ ਕੇ ਚੈੱਕ ਕਰੀ ਅੱਗੇ ਜਾ ਪਾਈ ਨੇ ਕਿੰਨਾ ਕਰਾਇਆ ਗਿਆ ਦਰਾ ਸੁਬਹਾ ਸ਼ਾਮ ਠੰਡ ਬਹੁਤ ਹੁੰਦੀ ਆ ਅਤੇ ਜਦੋਂ ਹੁਣ ਦਿਨ 'ਚ ਧੁੱਪਾਂ ਚੜ੍ਹਦੀ ਹੈ ਨਾ ਅਤੇ ਮੌਸਮ ਬਹੁਤ ਗਰਮ ਜਿਹਾ ਹੋ ਜਾਂਦਾ ਧੁੱਪਾਂ ਬਹੁਤ ਚੁੱਕਦੀ ਜਦੋਂ ਆਪਾਂ ਛਾਵਾਂ 'ਚ ਬੈਠਦੇ ਹਾਂ ਤਾਂ ਥੋੜ੍ਹੀ ਜਿਹੀ ਠੰਡ ਲੱਗਦੀ ਹੈ ਜਦੋਂ ਧੁੱਪਾਂ ਜਾਂਦੇ ਹਾਂ ਤਾਂ ਜਿਹੜੀ ਧੁੱਪਾਂ ਤੇਜ਼ ਪਿੰਡੇ ਨੂੰ ਚੁੱਕਦੀ ਆ ਫਿਰ ਵੀ ਚਲੋ ਠੀਕ ਲੱਗਦੀ ਆ ਆਹ 2 ਕੁ ਦਿਨ ਤਾਂ ਹੋਇਆ ਨਹੀਂ ਬਾਕੀ ਤਾਂ ਦਰਮਿਆਨਾ 'ਚ ਮੌਸਮ ਦਾ ਹਾਂਜੀ ਹੁਣ ਧੁੱਪਾਂ ਬਾਹਰ ਨਿਕਲੀ ਬਹੁਤ ਤਿੱਖੀ 'ਚ ਨਿਕਲੀ ਹੋਈ ਹੈ ਧੁੱਪਾਂ ਆਹ ਜਾਕਟ ਜੀ ਖੋਲ ਦੇਵਾਂ ਫਿਰ ਕਰਦੇ ਹਾਂ ਗੱਲ ਦੇਖੋ ਜੀ ਹਰ ਗੱਲ ਦਾ ਰੌਲਾ ਵਿਆਹ 'ਚ ਗਏ ਪੈਸੇ ਸੁੱਟੇ ਉਹ ਗੱਲ ਦਾ ਰੌਲਾ ਵਿਆਹ 'ਚ ਕੱਪੜੇ ਵਧੀਆ ਨਹੀਂ ਪਾ ਕੇ ਮੈਚਿੰਗ ਨਹੀਂ ਕਰਾਈ ਉਹ ਗੱਲ ਦਾ ਰੌਲਾ ਕਮੈਂਟ ਗਲਤ ਹੋਣ ਲੱਗ ਗਏ ਉਹ ਗੱਲ ਦਾ ਰੌਲਾ ਰੌਲੇ 'ਤੇ ਰੌਲਾ ਰੌਲੇ 'ਤੇ ਰੌਲਾ ਇਹ ਰੌਲਾ ਕਿੱਦਣ ਖਤਮ ਹੋਊ ਇਹ ਤਾਂ ਫਿਰ ਉੱਦਣ ਹੀ ਖਤਮ ਹੋਊ ਜਿੱਦਣ ਬੰਦਾ ਖਤਮ ਹੋਊ ਇਹਦਾ ਰੌਲੇ ਫਿਰ ਇੱਦਾਂ ਹੀ ਚੱਲਦੇ ਰਹਿਣੇ ਆ ਇਹਨੂੰ ਲਾਈਫ ਕਹਿੰਦੇ ਆ ਉਤਰਾਅ ਚੜ੍ਹਾਅ ਵਾਲੀ ਸੁੱਖ ਦੁੱਖ ਇਹ 2 ਜ਼ਿੰਦਗੀ ਦੇ ਪਹਿਲੂ ਆ ਇਹ ਚੱਲਦੇ ਰਹਿੰਦੇ ਆ ਜੋ ਹੁਣ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੁੱਖੇ ਸੁੱਖ ਆਈ ਜਾਣ ਤਾਂ ਉਹ ਵੀ ਜ਼ਿੰਦਗੀ ਬੋਰ ਜੀ ਹੋ ਜਾਣੀ ਹੈ ਜੇ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਦੁੱਖੇ ਦੁੱਖ ਆਈ ਜਾਣ ਤਾਂ ਉਹ ਵੀ ਜ਼ਿੰਦਗੀ ਬੋਰ ਜੀ ਹੋਈ ਜਾਣੀ ਹੈ ਸੁੱਖ ਦੁੱਖ ਇਹ ਦੋਨੇ ਇਕੱਠੇ ਚੱਲਦੇ ਆ ਤਾਂ ਇਹ ਕਹਿੰਦਾ ਵੀ ਹਰੇਕ ਗੱਲ ਦਾ ਰੌਲਾ ਆਹਦਾ ਰੌਲਾ ਉਹਦਾ ਰੌਲਾ ਨਿੰਮੇ ਦਾ ਕਿਆ ਕਹਿੰਦੇ ਨਿੰਮੇ ਦੀ ਬੇਇੱਜ਼ਤੀ ਕਰਦੇ ਵੀਡੀਓ ਦੇ ਵਿੱਚ ਉਹ ਗੱਲ ਦਾ ਰੌਲਾ ਦੱਸ ਨਿੰਮੇ ਨੇ ਕਦੇ ਗੁੱਸਾ ਨਹੀਂ ਕਰਿਆ ਲੋਕਾਂ ਨੂੰ ਕਾਹਦੇ ਗੁੱਸਾ ਆਉਂਦਾ ਮੈਨੂੰ ਇਹ ਨਹੀਂ ਸਮਝ ਲੱਗਦੀ ਹੈਗੀ ਕਾਲੇ ਨੇ ਕਦੇ ਮੱਥੇ ਤੂੜੀ ਨਹੀਂ ਪਾਈ ਲੋਕ ਬੋਲਦੇ ਆ ਇਹ ਗੱਲ ਦਾ ਰੌਲਾ ਦੱਸ ਕਿਆ ਕਰੇ ਬੰਦਾ ਚਲੋ ਇੱਥੇ ਬੈਠਦਾ ਮੰਜੇ 'ਤੇ ਇਹ ਸਾਰੀ ਜ਼ਿੰਦਗੀ ਦੀਆਂ ਦੀਨ ਦੁਨੀਆ ਦੀਆਂ ਟੈਨਸ਼ਨਾਂ ਭੁੱਲ ਕੇ ਆਰਾਮ ਨਾਲ ਚਿੱਲ ਕਰਦਾ ਚਿੱਲ ਜ਼ਿੰਦਗੀ ਆ ਯਾਰਾ ਚਿੱਲ ਜ਼ਿੰਦਗੀ ਆ ਇਹੀ ਤਾਂ ਚਿੱਲ ਜ਼ਿੰਦਗੀ ਆ ਜੇ ਮੈਂ ਪਿੱਛੇ ਝਾਤੀ ਮਾਰਾਂ ਆਪਣੀ ਲਾਈਫ ਪਰ ਬੜਾ ਸਟਰਗਲ ਕੀਤਾ ਇਹ ਨਹੀਂ ਹੈਗਾ ਵੀ ਬੜੀ ਸੌਖੀ ਜਿਹੀ ਲਾਈਫ ਸੀ ਮੇਰੀ ਜੇ ਕਿਤੇ ਤੁਹਾਡੇ ਨਾਲ ਸ਼ੇਅਰ ਕਰਾਂ ਗੱਲਾਂ ਬੜਾ ਸਟਰਗਲ ਕੀਤਾ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਬੜੀਆਂ ਔਕੜਾਂ ਸੀ ਇੱਥੇ ਤਾਂ ਕਿਆ ਕਹਿੰਦੇ ਆ ਨਾ ਜਿਹੜੀ ਟ੍ਰੇਨ ਚੱਲਦੀ ਹੁੰਦੀ ਹੈ ਉਹ ਪਟੜੀ ਦੇ ਥੱਲੇ ਐਨ ਪੂਰੀ ਗਿਰੇ ਗਈ ਤੀ ਅਤੇ ਮੈਂ ਕਿਹਾ ਹਾਲੇ ਲਾਈਫ ਮੇਰੀ ਹੈਗੀ ਹੈ ਵੀ ਇਹਨੂੰ ਮੈਂ ਫਿਰ ਉਸੀ ਪਟੜੀ ਪਰ ਭੱਜਣ ਲਾ ਦੂੰਗਾ ਲਾ ਤੀ ਭੱਜਣ ਜ਼ਿੰਦਗੀ ਜੀਣ ਵਾਸਤੇ ਬਣੀ ਹੋਈ ਜੀਣ ਵਾਸਤੇ ਜੀਓ ਕਈ ਵਾਰ ਮੈਂ ਸੋਚਦਾ ਹਾਂ ਵੀ ਮੈਂ ਇੱਦਾਂ ਦਾ ਹੈ ਨਹੀਂ ਤਾਂ ਹੁਣ ਮੈਨੂੰ 4 ਕੁ ਸਾਲ ਤਾਂ ਹੋ ਗਏ ਜਾਂ 3 ਜਾਂ 4 ਸਾਲ ਹੋ ਗਏ ਯੂਟਿਊਬ ਵੀਡੀਓ ਬਣਾਉਂਦੇ ਨੂੰ ਮੈਨੂੰ ਉਹ ਚੀਜ਼ ਮੇਰੇ ਅੰਦਰ ਪਾ ਤੀ ਲੋਕਾਂ ਨੇ ਵੀ ਵੀਰੇ ਤੂੰ ਇੱਦਾਂ ਦਾ
ਉਹ ਚੀਜ਼ ਮੈਂ ਹੁਣ ਬਣਦਾ ਜਾਈ ਜਾ ਰਿਹਾ। ਮੈਂ ਵੀ ਬੜਾ ਕੰਜੂਸ ਤਾਂ, ਮੈਂ ਵੀ ਕੋਈ ਪੈਸਾ ਨਹੀਂ ਤਾਂ ਖਰਚਦਾ ਹੈਗਾ। ਹੌਲੀ ਹੌਲੀ ਜੂੰ ਜੂੰ ਮੈਨੂੰ ਬੰਦੇ ਮਿਲੇ ਆ ਕੇ, ਉਹਨਾਂ ਨਾਲ ਬੈਠਿਆ, ਗੱਲਾਂ ਬਾਤਾਂ ਕੀਤੀਆਂ, ਮੈਂ ਕਿਹਾ ਚਿੱਲ ਜ਼ਿੰਦਗੀ ਆ, ਚਿੱਲ ਜ਼ਿੰਦਗੀ ਆ। ਜਦ ਕੋਈ ਆ ਕੇ ਨਾ ਕੋਈ ਬੰਦਾ ਆਪਣਾ ਦੁੱਖੜਾ ਸੁਣਾਉਂਦਾ, ਵੀ ਗੱਲਾਂ ਬਾਤਾਂ ਕਰਦਾ ਮੇਰੇ ਨਾਲ ਬੈਠ ਕੇ, ਆਪਣਾ ਦੁੱਖ ਦੱਸਦਾ, ਫਿਰ ਸੋਚਦਾ ਵੀ ਉਹਦਾ ਦੁੱਖ ਵੱਡਾ ਅਤੇ ਮੇਰਾ ਛੋਟਾ। ਇਹ ਹੋ ਜਾਂਦਾ ਵੀ ਉਹਦਾ ਦੁੱਖ ਵੱਡਾ ਮੇਰਾ ਛੋਟਾ। ਬਾਹਰ ਵੀ 8-9 ਸਾਲ ਲਾਏ ਆ। ਜੇ ਤੁਹਾਨੂੰ ਦੱਸਾਂ ਵੀ ਇੱਧਰ ਇੰਡੀਆ ਵਾਲੀ ਲਾਈਫ ਅਤੇ ਬਾਹਰ ਵਾਲੀ ਲਾਈਫ, ਜਿਹੜੀ ਬਾਹਰ ਵਾਲੀ ਲਾਈਫ ਆ ਬਹੁਤ ਟੈਨਸ਼ਨਾਂ ਭਰੀ ਆ, ਕਿਉਂਕਿ ਬਾਹਰ ਜਾ ਕੇ ਬੰਦੇ ਨੂੰ ਜੀਰੋ ਤੋਂ ਸਟਾਰਟ ਕਰਨਾ ਪੈਂਦੀ ਸਾਰੀ ਚੀਜ਼, ਜੀਰੋ ਤੋਂ। ਪੱਕੇ ਹੋਣ ਦੀ ਟੈਨਸ਼ਨ, ਫਿਰ ਵਿਆਹ ਕਰਾਉਣ ਦੀ ਟੈਨਸ਼ਨ, ਫਿਰ ਵਾਈਫ, ਬੜੀ ਬਹੁਤ ਟੈਨਸ਼ਨ ਭਰੀ ਲਾਈਫ ਆ। ਮਕਾਨ ਲੈਣ ਦੀ ਟੈਨਸ਼ਨ, ਉਹ ਮੈਂ ਕਹਿੰਦਾ ਉੱਥੇ ਜ਼ਿਆਦਾ ਟੈਨਸ਼ਨ ਆ, ਇੱਥੇ ਇੰਡੀਆ ਦੇ ਵਿੱਚ ਇੱਥੇ ਇੰਨੀ ਟੈਨਸ਼ਨ ਨਹੀਂ ਹੈ ਕਿ ਮੇਰੇ ਕੋਲ ਪਹਿਲਾਂ ਹੀ 100% ਹੈਗਾ। ਇੱਥੇ ਮਕਾਨ ਮੇਰੇ ਕੋਲ ਹੈਗਾ, ਖੇਤ ਮੇਰੇ ਕੋਲ ਹੈਗੇ, ਸਾਰਾ ਕੁਝ ਮੇਰੇ ਕੋਲ ਹੈਗਾ ਇੱਥੇ, ਕੋਈ ਟੈਨਸ਼ਨ ਨਹੀਂ ਹੈ ਕਿਸੇ ਚੀਜ਼। ਉੱਥੇ ਬਹੁਤ ਜ਼ਿਆਦਾ ਟੈਨਸ਼ਨ ਦੀ, ਬੜੀ ਟੈਨਸ਼ਨਾਂ ਦੇ ਵਿੱਚ ਲਾਈਫ ਕੱਢੀ ਹੈ। ਕੰਮ ਨਹੀਂ ਹੈਗਾ, ਕੰਮ ਤਾਂ 2 ਦਿਨ ਕੰਮ ਤੋਂ ਕੱਢ ਦੇਣਾ, ਬੜਾ ਤਨਖਾਹ ਵੱਧ ਗਈ ਘੱਟ ਗਈ, ਵਿੱਚ ਇੰਨੀਆਂ ਛੁੱਟੀਆਂ ਹੋ ਗਈਆਂ, ਬੜੇ ਕੰਮ ਚੱਲੇ ਆ ਬਾਈ। ਉਹ ਵੀ ਲਾਈਫ, ਉਹ ਵੀ ਦੌਰ ਕੱਢਿਆ ਆਪਣੀ ਲਾਈਫ ਵਿੱਚੋਂ। ਇਹਦਾ ਹੈਗਾ ਫੋਨ, ਬਾਅਦ 'ਚ ਗੱਲ ਕਰਦੇ ਹਾਂ। ਚੱਲ ਗੱਲ ਕਰ ਲੈਂਦੇ ਹਾਂ ਅਤੇ ਹੁਣ ਥੋੜ੍ਹਾ ਟਾਈਮ ਬੈਠ ਕੇ ਅਤੇ ਸਿੱਧਾ ਘਰ ਨੂੰ ਨਿਕਲੂੰਗੇ। ਮੈਂ ਚਲੋ ਘੜੀ ਬੈਠਦਾ ਅਤੇ ਫੋਨ ਆ ਗਿਆ, ਜਿਹੜੀ ਪਾਸਪੋਰਟ ਦੀ ਇਨਕੁਆਇਰੀ ਆਈ ਹੈ। ਪਾਸਪੋਰਟ ਮੇਰੇ ਹੱਥ ਪਰ ਆ ਗਿਆ, ਪਰ ਇਨਕੁਆਇਰੀ ਪਾਸਪੋਰਟ ਦੀ ਫੋਨ ਆਈ ਆ। ਚਲੋ ਇਹ ਵੀ ਕੰਮ ਨਿਬੜੇ। ਮੈਂ ਇੱਕ ਦਿਨ ਮਿਲਿਆ ਵੀ ਸੀ ਪੁਲਿਸ ਵਾਲੇ ਨੂੰ, ਮੈਂ ਕਿ ਮੇਰੇ ਪਾਸਪੋਰਟ ਦੀ ਇਨਕੁਆਇਰੀ ਆਉਣੀ ਉੱਥੇ ਭੈਣੀ ਵਾਲੇ ਮੋੜ ਪਰ ਮਿਲਿਆ ਤਾ ਮੈਂ, ਅਤੇ ਕਹਿੰਦਾ ਕੋਈ ਨਹੀਂ ਆਈ। ਮੈਂ ਕਿ ਇੱਕ ਅੱਧਾ ਦਿਨ 'ਚ ਆਉਣੇ ਵਾਲੀ ਆ। ਚੱਲ ਬਾਅਦ 'ਚ ਇਨਕੁਆਇਰੀ ਤੋਂ ਬਾਅਦ ਦੱਸਦਾ ਵੀ ਕਿਆ ਹੋਇਆ। ਹੋ ਗਈ ਪੁਲਿਸ ਇਨਕੁਆਇਰੀ ਅਤੇ ਸਾਰੇ ਡਾਕੂਮੈਂਟ ਫਿਰ ਦੌਰੇ ਦੇਣੇ ਪਏ, ਅਤੇ ਮੈਂ ਹੁਣ ਦੱਸ ਦਿੰਦਾ। 2 ਵਿਟਨੈਸ ਚਾਹੀਦੇ ਆ, ਹਸਬੀਰ ਆਇਆ ਅਤੇ ਨਿੰਮੇ ਦਾ ਵੱਡਾ ਭਰਾ ਆਇਆ, ਉਹ ਵਿਟਨੈਸ ਬਣੇ। ਉਹਨਾਂ ਦੇ ਆਧਾਰ ਕਾਰਡ, ਜਦੋਂ ਪਾਸਪੋਰਟ ਦੀ ਇਨਕੁਆਇਰੀ ਆਉਂਦੀ ਆ, 2 ਵਿਟਨੈਸ ਉਹਨਾਂ ਦੇ ਆਧਾਰ ਕਾਰਡ ਦੇ ਆਧਾਰ ਕਾਰਡ ਮੰਗਦੇ ਆ ਅਤੇ ਉਹ ਫੋਟੋ ਖਿੱਚਦਾ ਪੁਲਿਸ ਵਾਲਾ। ਜਦੋਂ ਮੈਂ ਪਾਸਪੋਰਟ ਅਪਲਾਈ ਕੀਤਾ, ਜਿਹੜੇ ਡਾਕੂਮੈਂਟ ਲੱਗੇ ਤੇ ਉਹੀ ਸਾਰੇ ਫੇਲ ਮੰਗੇ ਉਹਨੇ, ਜਿਹੜੇ ਨਾਲ ਲੱਗੇ ਤੇ ਨਾ ਉੱਥੇ। ਉਹ ਡਾਕੂਮੈਂਟ ਤੁਹਾਡੇ ਕੋਲ ਫੋਟੋ ਕਾਪੀ ਹੋਣੀ ਚਾਹੀਦੀ, ਜੇ ਤੁਸੀਂ ਪੈਨ ਕਾਰਡ ਦੀ ਫੋਟੋ ਕਾਪੀ ਲਾਈ, ਆਧਾਰ ਕਾਰਡ ਦੀ ਫੋਟੋ ਕਾਪੀ ਲਾਈ, ਵੋਟਰ ਕਾਰਡ ਦੀ ਫੋਟੋ ਕਾਪੀ ਲਈ, ਉਹ ਤੁਹਾਨੂੰ ਫਿਰ ਇੱਕ ਵਾਰ ਇੱਥੇ ਪੁਲਿਸ ਵਾਲਾ ਮੰਗਦਾ। ਬੜਾ ਚੰਗਾ ਤਾਂ ਪੁਲਿਸ ਵਾਲਾ, 100 ਰੁਪਏ ਫੀਸ ਲਿੱਤੀ ਆ ਅਤੇ ਬੈਠੇ ਗੱਲਾਂ ਬਾਤਾਂ ਮਾਰੀਆਂ, ਉਹੀ ਬਸ ਮਾੜੇ ਜਿਹੇ ਕਰਪਸ਼ਨ ਵਾਲੀਆਂ ਗੱਲਾਂ ਬਾਤਾਂ ਹੋਈਆਂ। ਕਹਿੰਦੇ ਆਪਾਂ ਇਹ ਮੰਤਰੀ ਬਣਾਉਂਦੇ ਹਾਂ ਅਤੇ ਆਪਣਾ ਲੋਕਾਂ ਤੋਂ ਉਹਨਾਂ ਨੂੰ ਖਤਰਾ ਹੋ ਜਾਂਦਾ, ਸਕਿਉਰਟੀ ਜਿਹੜੀ ਨਾਲ ਲੱਗਦੀ ਆ। ਸਹੀ ਗੱਲ ਹੈ ਨਾ ਇਹ, ਜੇ ਹੁਣ ਕੋਈ ਆਪਾਂ ਹੀ ਕੋਈ ਮਿਨਿਸਟਰ ਮੰਤਰੀ ਬਣਾਉਂਦੇ ਹਾਂ, ਉਹਨਾਂ ਨੂੰ ਸਕਿਉਰਟੀ ਮਿਲ ਜਾਂਦੀ, ਕਿਹਨੇ 'ਤੇ ਖਤਰਾ, ਸਾਡੇ ਲੋਕਾਂ 'ਤੇ ਜਾਂ ਹੋਰ ਕਿਸੇ 'ਤੇ, ਸਕਿਉਰਟੀ ਕਾਹਦੇ। ਆਹ ਗੱਲਾਂ ਬੜੀ ਬਹਿਸ ਹੋਈ ਸਾਡੀ ਬੈਠੇ ਗੱਲਾਂ ਬਾਤਾਂ। ਆਪਾਂ ਲੋਕਾਂ ਨੇ ਉਹਨਾਂ ਨੂੰ ਬਣਾਇਆ ਗਰਾਊਂਡ ਲੈਵਲ 'ਚ, ਫਿਰ ਆਪਣੇ ਲੋਕਾਂ 'ਤੇ ਉਹਨਾਂ ਨੂੰ ਖਤਰਾ ਹੋ ਜਾਂਦਾ ਵੀ ਕਿਤੇ ਕੁੱਟਣ। ਹੈਰਾਨੀ ਵਾਲੀ ਗੱਲ ਹੈ। ਚਲੋ ਗੱਲਾਂ ਚੱਲਦੀਆਂ ਰਹਿਣੀਆਂ। ਕੋਈ ਹੋਰ ਜਿਹੜੀ ਪੁਲਿਸ ਇਨਕੁਆਇਰੀ, ਬਸ ਦੱਸ ਚੁੱਕਿਆ ਮੈਂ। 2 ਵਿਟਨੈਸ, ਉਹਨਾਂ ਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਹੋਣੀ ਚਾਹੀਦੀ ਹੈ, ਤੁਹਾਡਾ ਆਧਾਰ ਕਾਰਡ ਸਾਰੇ ਆਧਾਰ ਕਾਰਡ ਓਰੀਜਨਲ ਤੁਹਾਡੇ ਕੋਲ ਹੋਵੇ, ਅਤੇ ਜਿਹੜੇ ਮੇਰੇ ਡਾਕੂਮੈਂਟ ਉੱਥੇ ਸਾਰੇ ਲਾਏ ਤੇ ਅਪਲਾਈ ਕਰਨ ਟਾਈਮ, ਅਤੇ ਉਹ ਪਹਿਲਾਂ ਦੱਸ ਚੁੱਕਿਆ ਮੈਂ। ਤਤਕਾਲ 'ਚ ਪਾਸਪੋਰਟ ਅਪਲਾਈ ਕੀਤਾ ਸੀ, ਪਾਸਪੋਰਟ ਮੇਰੇ ਕੋਲ ਪਹਿਲਾਂ ਆ ਗਿਆ ਸੀ, ਅਤੇ ਇਹਦੀ ਜਿਹੜੀ ਪੁਲਿਸ ਇਨਕੁਆਇਰੀ ਬਾਅਦ 'ਚ ਹੋਈ ਅੱਜ। ਦੇਖੋ ਉਹ ਮੈਂ ਕਿਹਾ 2 ਹਫ਼ਤੇ ਹੋ, ਦੋ ਹਫ਼ਤੇ ਬਾਅਦ ਇਹਦੀ ਇਨਕੁਆਇਰੀ ਆਈ ਕਰਾਂ। ਹੁਣ ਕਾਲੇ ਨਾਲ ਰੋਪੜ ਨੂੰ ਚੱਲਿਆ, ਕਾਲੇ ਦੀ ਗੱਡੀ ਪਰ। ਕਹਿੰਦੇ ਨਾ ਕੁੱਤਾ ਦੇਖੇ ਨਾ ਕੁੱਤਾ ਭੌਂਕੇ, ਕਮੈਂਟਾਂ ਦਾ ਸਾਲਾ ਫਾਹੀ ਜੱਬਣ ਜੱਬੇ ਨੇ ਵੇਟਤਾ, ਡਿਸੇਬਲੇ ਕਰਤੇ ਸਾਲੇ ਸਾਰੀ, ਹੋਰ ਕਿਆ। ਨਾ ਕੋਈ ਦੇਖੇ ਨਾ ਕੋਈ ਬੋਲੇ, ਸਹੀ ਗੱਲ। ਉਹ ਮੈਂ ਤਾਂ ਕਮੈਂਟਾਂ ਦੇ ਦੇਖਦਾ ਯਾਰ, ਉਹਨਾਂ ਦੀ ਕੋਈ ਧੀ ਭੈਣ ਹੈ ਉਹ ਨਹੀਂ ਕਰਦੇ ਵਿੱਚ, ਮਾਂ ਭੈਣ ਹੈ ਉਹ ਨਹੀਂ ਯਾਰ ਤੁਹਾਡੇ। ਇੰਨੀ ਸ਼ਰਮ ਲੈਗੀ ਤੁਹਾਡੀ ਯਾਰ, ਇੰਨੀ ਸਾਲੀ ਇੰਨੀ ਸਾਲੀ ਬੇਕਾਰਤ ਹੋਵੇ ਤੁਸੀਂ ਯਾਰ। ਉਹੀ ਹੁਣ ਸਮਝ ਲਿਓ, ਨਾ ਤੁਸੀਂ ਭੌਂਕੂਗੇ ਨਾ ਸਾਲੇ ਦੇਖੋ ਨਾ ਤੁਸੀਂ ਭੌਂਕੂਗੇ, ਅੱਗੇ ਤਾਂ ਕਮੈਂਟ ਕਿਸੇ ਵੀਡੀਓ 'ਤੇ ਨਹੀਂ ਆਉਂਗੇ ਕਿਸੇ ਪਰ। ਉਹ ਤਾਂ ਮੇਰੇ ਪਰ, ਹੁਣ ਮੈਂ ਡਿਸੇਬਲ ਕਰਾਂ ਜਾਂ ਡਿਸੇਬਲ ਕਰਾਂ। ਤਿੰਨ ਚਾਰ ਚੂਚੇ ਜੇ ਬੜੇ ਹੋਏ ਹੋਏ ਆ ਸਾਲੇ, ਉਹ ਜੇ ਬੋਲਣਾ ਸਾਹਮਣੇ ਆ ਜਾਓ ਸਾਡੇ, ਪਿੱਠ ਪਿੱਛੇ ਕਹਿੰਦੇ ਬੋਲਦੇ, ਸਾਹਮਣੇ ਆਓ ਫਿਰ ਦੱਸਦੇ। ਉਹ ਤੇਰੀ ਬੈਕ ਮਾਰਦਾ ਹੈ ਠੰਡਾ ਠੰਡਾ, ਮੈਨੂੰ ਮਾੜਾ ਗਰਮ ਕਰ ਲੈ। ਜਦੋਂ ਕਦੇ ਬੋਲਟ ਨੂੰ ਸਟਾਰਟ ਕਰਨਾ ਹੋਵੇ ਥੋੜ੍ਹਾ ਗਰਮ ਕਰ ਲਿਆ ਕਰੋ। ਜਦੋਂ ਜਿਮ ਜਾਂਦੇ ਆ ਪਹਿਲਾਂ ਭੱਜਦੇ ਹੁੰਦੇ, ਇੱਦਾਂ ਥੋੜ੍ਹੀ ਜਿਹੀ ਨਾ ਰੇਸ ਲਾ, ਇੱਕ ਮਿੰਟ ਥੋੜ੍ਹੀ ਜਿਹੀ ਰੇਸ ਦੀ ਮਰਾਦੇ ਕਰੋ, ਤਾਂ ਤੁਰੇ ਕਰੋ। ਠੀਕ ਹੈ ਜੀ, ਹਾਂ ਸਿੱਖ ਲੈ ਕਾਲੇ, ਤੈਨੂੰ ਕਦੇ ਇਹੋ ਜਿਹੇ ਕੰਮ ਦੀਆਂ ਗੱਲਾਂ ਮੈਂ ਕਦੇ ਕਦੇ ਦੱਸਦਾ ਹੁੰਦਾ ਮੈਂ। ਸਹੀ ਗੱਲ ਹੈ, ਹਾਂ ਮੈਂ ਸਿੱਖ ਗਿਆ ਵੀਰੇ, ਤੇਰੀ ਗੱਲ ਮੰਨ ਲਈ ਹਾਂ। ਚਲ ਇਹ ਹੁਣ ਹੋਰ ਕੇ, ਚੱਲ ਇੰਨਾ ਵੀ ਨਾ ਗਰਮ ਕਰ ਲਈ ਕਿਤੇ।
ਫਿਰ ਵੀ ਮਣ ਮੋਟਾ ਉਹ ਹੋਇਆ ਹੋਇਆ ਆ ਲਈ ਆ ਸਕੂਲ ਦੀ ਪੈਂਟ ਅੱਛਾ ਪਹਿਲਾਂ ਵੀ ਦਿੱਤੀ ਸੀ ਥੋੜਾ ਜਿਹਾ ਕਲਰ ਫੇਟ ਹੋ ਗਿਆ ਅੱਛਾ ਕਲਰ ਫੇਟ ਹੋਣ ਕਰਕੇ ਬੱਚੇ ਨੂੰ ਸਕੂਲ ਦਾ ਜੁਰਮਾਨਾ ਲਾਉਣ ਲੱਗ ਗਏ ਫਾਈਨ ਲੱਗਣ ਲੱਗ ਗਿਆ ਚਲ ਹੁਣ ਨਵੀਂ ਲੈ ਲਈ ਹੁਣ ਕਿੱਦਾਂ ਕਿਲੋ ਮਟਰ ਭਾਈ ਚਾਲੀ ਰੁਪਏ ਕਿਲੋ ਪਿਆਜ ਕਿਆ ਰੁਪਏ ਕਿਲੋ ਪਿਆਜ ਦੀ ਖੇਤੀ ਕਰਨੀ ਸ਼ੁਰੂ ਕਰੀਏ ਕਰ ਲਈ ਨਾ ਉਧਰ ਸਸਤਾ ਹੋ ਜਾਣਾ ਜਿੱਥੇ ਕਾਲੇ ਨੇ ਪੈਂਟ ਲੱਤੀ ਸੀ ਨਾ ਉਹ ਆਪਣੇ ਮੁੰਡੇ ਵਾਸਤੇ ਸਕੂਲ ਦੀ ਪੈਂਟ ਲੱਤੀ ਸੀ ਤੇ ਉਹ ਜਿਹੜੀ ਪਹਿਲੀ ਪੈਂਟ ਸੀ ਉਹਦਾ ਰੰਗ ਗਿਆ ਫਿੱਟ ਤੇ ਕਾਲੇ ਨੇ ਕਰੀ ਕੰਪਲੇਂਟ ਉਹਨਾਂ ਕੋਲ ਕਹਿੰਦਾ ਜੀ ਤੁਹਾਡੀ ਜਿਹੜੀ ਪੈਂਟ ਲੈ ਕੇ ਤਾਂ ਇਹਦਾ ਰੰਗ ਫਿੱਟ ਗਿਆ ਅਤੇ ਮੁੰਡੇ ਨੂੰ ਫਾਈਨ ਹੁੰਦਾ ਵੀ ਜੁਰਮਾਨਾ ਕਰਦਾ ਸਕੂਲ ਵਾਲੇ ਕਹਿੰਦੇ ਵੀ ਇਹਦਾ ਇਲਾਜ ਕਹਿੰਦਾ ਐਂ ਕਰੋ ਪੈਂਟ ਨੂੰ ਪੁੱਠੀ ਕਰਕੇ ਧੋਏ ਕਰੋ ਸਿੱਧੇ ਪਾਸੇ ਨੂੰ ਇਹਦਾ ਰੰਗ ਫਿੱਟ ਜਾਂਦਾ ਪੁੱਠੀ ਕਰਕੇ ਧੋ ਮੈਂ ਤਾਂ ਦੱਸ ਊਂ ਕੋਈ ਬਹਾਨਾ ਜਿਹਾ ਮਾਰਨੇ ਦੱਸ ਪੁੱਠੀ ਕਰਕੇ ਸਿੱਧੀ ਕਰਨ ਦਾ ਕਿਆ ਫਰਕ ਹੈ ਮੈਨੂੰ ਇਹ ਨਹੀਂ ਸਮਝ ਲੱਗਦਾ ਹੈਗਾ ਕਾਲੇ ਨੇ ਕਿਹਾ ਵੀ ਅਸੀਂ ਜਦੋਂ ਧੋਂਦੇ ਵੀ ਆ ਜਦੋਂ ਅਸੀਂ ਇਹਨੂੰ ਅੰਦਰ ਰੱਖ ਲੈਂਦੇ ਹਾਂ ਵੀ ਧੁੱਪਾਂ ਵਿੱਚ ਚਲੋ ਰੰਗ ਫਿੱਟ ਜਾਂਦਾ ਚੱਲ ਹੁਣ ਕਹਿੰਦਾ ਉਹਨੂੰ ਪੁੱਠੀ ਕਰਕੇ ਤੋਂ ਉਹ ਰੰਗ ਨਹੀਂ ਫਿੱਟੂਗਾ ਚਲੋ ਇਹ ਵੀ ਆਈਡੀਆ ਦੇਖਾਂਗੇ ਹੁਣ ਮੇਰਾ ਚਾਚਾ ਅਸੀਂ ਹਾਂਗਕਾਂਗ ਤੋਂ ਮਿਲਣ ਆਇਆ ਜਦ ਵੀ ਆਉਂਦਾ ਹਾਂਗਕਾਂਗ ਤੋਂ ਮਿਲਣ ਆਉਂਦਾ ਮੈਨੂੰ ਪਿੰਡ ਅਤੇ ਹੁਣ ਕਿੱਦਣ ਜਾਣਾ ਵਾਪਸੀ ਤੁਹਾਡੀ ਮੈਂ 17 ਦੀ ਵਾਪਸੀ ਉਹਦਾ ਦੂਜਾ ਚਾਚਾ ਮੇਵਾ ਚਾਚਾ ਆ ਨੇਤਰ ਬਾਈ ਖੜ੍ਹੇ ਸਾਰੇ ਸਾਡੇ ਸਾਰੇ ਘਰ ਦੇ ਖੜ੍ਹੇ ਆ ਅਤੇ ਡੈਡੀ ਦੇ ਨਾਲ ਤਾਂ ਪੁਰਾਣੇ ਮੇਰੇ ਡੈਡੀ ਨਾਲ ਤਾਂ ਪੁਰਾਣਾ ਖੇਡ ਚੱਲਦੇ ਹੁੰਦੇ ਖੇਡ ਵੇਲੇ ਸਾਰੇ ਹਾਂ ਤੇ ਚਾਚਾ ਕਹਿੰਦਾ ਛੋਟੇ ਹੁੰਦੇ ਸੀ ਪਿੰਡ ਪੁਰਾਣੀ ਯਾਦਾਂ ਤਾਜ਼ੀਆਂ ਸਾਰੀਆਂ ਦੋ ਦੋ ਮਹੀਨੇ ਪਿੰਡ ਤੋਂ ਨਹੀਂ ਜਾਂਦੇ ਦੋ ਦੋ ਮਹੀਨੇ ਇੱਥੇ ਰਹਿੰਦੇ ਸੀ ਦੋ ਦੋ ਮਹੀਨੇ ਹੀ ਰਹਿ ਕੇ ਜਾਣਾ ਭੂਆ ਦੇ ਪਿੰਡ ਆਉਣਾ ਬੱਚਾ ਹੋਰ ਅੱਗੇ ਰਹਿਣਾ ਵੀ ਚੌ ਜਿਹੜਾ ਨਹੀਂ ਭੂਆ ਕੋਲ ਆਏ ਚਲੋ ਅੱਜ ਕੋਈ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਅਤੇ ਅਮਨ ਇੱਧਰ ਆਹ ਜੁੱਟ ਖੜਾ ਬਾਕੀ ਸਪੈਸ਼ਲ ਨਿੰਮੇ ਨੂੰ ਵੀਡੀਓ ਦੇ ਗਿਆ ਮੈਂ ਨਿੰਮੇ ਨੂੰ ਵੀ ਨਾਲ ਮਿਲ ਕੇ ਜਾਣਾ ਮਿਲ ਕੇ ਜਾਣਾ ਸਾਰਿਆਂ ਨੂੰ ਚਲੋ ਠੀਕ ਹੈ ਅੱਛਾ ਸ਼ੁਕਰੀਆ ਬਹੁਤ ਬਹੁਤ ਆਏ ਮਿਲਣ ਹੁਣ ਮੈਂ ਅਸੀਂ ਆਉਂਗੇ ਹੁਣ ਮੈਂ ਨਿਮਾ ਹਾਂਗਕਾਂਗ ਮਿਲਣ ਹਾਂਗਕਾਂਗ ਮੋਸਟ ਵੈਲਕਮ ਮੋਸਟ ਵੈਲਕਮ ਸਾਰਿਆਂ ਨੂੰ ਅਸੀਂ ਕਦੇ ਕਦੇ ਢੋਲਕੀ ਲਿਆਉਂਦੇ ਹਾਂ ਤੇ ਪੂਰਾ ਹੱਲਾ ਗੁੱਲਾ ਕਰਦੇ ਚਲੋ ਬਈ ਜੱਟ ਦਾ ਮੁਕਾਬਲਾ ਚਲੋ ਬਸ ਕਰੀਏ ਚਲਾ ਗਿਆ ਕਿਉਂ ਜੀ